ਜਿੱਥੇ ਅੱਜ ਸਾਰੀ ਦੁਨੀਆ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਵੱਡੇ ਵੱਡੇ ਰੁਤਬੇ ਹਾਸਲ ਕੀਤੇ ਹਨ, ਦੁਨੀਆ ਦੇ ਹਰ ਦੇਸ਼ ਵਿੱਚ ਤੁਹਾਨੂੰ ਪੰਜਾਬੀ ਜ਼ਰੂਰ ਮਿਲ ਜਾਣਗੇ, ਕਿਉਂਕਿ ਪੰਜਾਬੀਆਂ ਦਾ ਪ੍ਰਵਾਸ ਰੋਜ਼ੀ ਰੋਟੀ ਲਈ ਦੂਸਰੇ ਦੇਸ਼ਾਂ ਵਿੱਚ ਜਾਣਾ ਇਹ ਕੋਈ ਅੱਜ ਦਾ ਨਹੀਂ, ਇਹ ਬਹੁਤ ਪੁਰਾਣਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਕਈ ਪੰਜਾਬੀਆਂ ਨੂੰ ਗਿਆਨ ਨੂੰ ਕਈ ਕਈ ਪੀੜ੍ਹੀਆਂ ਹੋ ਗਈਆਂ ਹਨ। ਉੱਥੇ ਆਪਾਂ ਸਭ ਜਾਣਦੇ ਹਾਂ ਕਿ ਕਿਸੇ ਦੂਸਰੇ ਦੇਸ਼ ਵਿੱਚ ਜਾਣ ਲਈ ਹਵਾਈ ਜਹਾਜ਼ ਦਾ ਸਫ਼ਰ ਕਰਨਾ ਪੈਂਦਾ ਹੈ, ਪਰ ਇੱਕ ਪੰਜਾਬੀ ਅਜਿਹਾ ਵੀ ਸੀ ਜਿਹੜਾ ਹਵਾਈ ਜਹਾਜ਼ ਦੇ ਟਾਇਰਾਂ ਵਿੱਚ ਬੈਠ ਕੇ ਹੀ ਇੰਗਲੈਂਡ ਪਹੁੰਚ ਗਿਆ ਸੀ। ਇਸ ਪੰਜਾਬੀ ਨੇ ਦਿੱਲੀ ਤੋਂ ਲੰਡਨ ਤੱਕ ਜਹਾਜ਼ ਦੇ ਟਾਇਰਾਂ ਵਿੱਚ ਬੈਠ ਕੇ ਹੀ ਸਫ਼ਰ ਤੈਅ ਕਰ ਲਿਆ ਸੀ, ਪਰ ਇਹ ਸਫ਼ਰ ਕਿੰਨਾ ਖੌਫਨਾਕ ਸੀ ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਸ਼ਖਸ ਦਾ ਨਾਮ ਸੀ ਪ੍ਰਦੀਪ ਸੈਣੀ ਅਤੇ ਇਸ ਦੇ ਛੋਟੇ ਭਰਾ ਦਾ ਨਾਮ ਸੀ ਵਿਜੇ ਸੈਣੀ। ਇਹ ਅੱਜ ਤੋਂ 26 ਸਾਲ ਪਹਿਲਾਂ ਪੰਜਾਬ ਵਿੱਚ ਰਹਿੰਦੇ ਸਨ। ਪ੍ਰਦੀਪ ਇੱਕ ਕਾਰ ਮਕੈਨਿਕ ਦਾ ਕੰਮ ਕਰਦਾ ਸੀ। ਅੱਜ ਦੇ ਨੌਜਵਾਨਾਂ ਵਾਂਗ ਪ੍ਰਦੀਪ ਦਾ ਸੁਪਨਾ ਸੀ ਕਿ ਉਹ ਵੀ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਵੱਡੇ ਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਜਾਵੇ। ਇੱਕ ਵਾਰ ਅਕਤੂਬਰ 1996 ਵਿੱਚ ਪ੍ਰਦੀਪ ਰੋਜ਼ਾਨਾ ਵਾਂਗ ਇੱਕ ਕਾਰ ਠੀਕ ਕਰ ਰਿਹਾ ਸੀ ਤਾਂ ਉਸਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਲੋਕ ਇੰਨਾ ਪੈਸਾ ਲਗਾ ਕੇ ਬਾਹਰਲੇ ਦੇਸ਼ ਜਾਂਦੇ ਆ, ਕਿਉਂ ਨਾ ਕੋਈ ਅਜਿਹਾ ਤਰੀਕਾ ਲੱਭੀਏ ਕਿ ਜਿਸ ਨਾਲ ਪੈਸੇ ਵੀ ਨਾ ਲੱਗਣ ਅਤੇ ਬਾਹਰ ਵੀ ਪਹੁੰਚ ਜਾਈਏ। ਜਿਸ ਤੋਂ ਬਾਅਦ ਦੋ ਭਰਾਵਾਂ ਨੇ ਵਿਚਾਰ ਬਣਾਇਆ ਕਿ ਜਹਾਜ਼ ਦੇ ਟਾਇਰਾਂ ਵਿੱਚ ਬੈਠ ਕੇ ਬਾਹਰ ਜਾਵਾਂਗੇ। ਅਗਲੇ ਹੀ ਦਿਨ ਦੋਵੇਂ ਭਰਾ ਬੱਸ ਚੜ੍ਹੇ ਅਤੇ ਪੰਜਾਬ ਤੋਂ ਦਿੱਲੀ ਏਅਰਪੋਰਟ 'ਤੇ ਪਹੁੰਚ ਗਏ। ਉੱਥੇ ਉਹਨਾਂ ਨੇ ਦੇਖਿਆ ਕਿ ਜਹਾਜ਼ ਲੰਡਨ ਦੀ ਉਡਾਨ ਭਰ ਲਈ ਤਿਆਰ ਸੀ। ਉਹਨਾਂ ਸਮਿਆਂ ਵਿੱਚ ਅੱਜ ਤੋਂ 26 ਸਾਲ ਪਹਿਲਾਂ ਏਅਰਪੋਰਟ ਉੱਪਰ ਕੋਈ ਜ਼ਿਆਦਾ ਸਿਕਿਉਰਿਟੀ ਨਹੀਂ ਹੁੰਦੀ ਸੀ, ਜਿਸ ਕਰਕੇ ਦੋਵੇਂ ਭਰਾ ਬੜੀ ਆਸਾਨੀ ਨਾਲ ਜਹਾਜ਼ ਦੇ ਟਾਇਰਾਂ ਵਿੱਚ ਲੁੱਕ ਕੇ ਬੈਠ ਗਏ। ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਨੇ ਆਪਣੀ ਉਡਾਨ ਭਰੀ ਤਾਂ ਇੱਥੋਂ ਸ਼ੁਰੂ ਹੁੰਦਾ ਹੈ ਦੋਵਾਂ ਦੀ ਯਾਤਰਾ ਦਾ ਖੌਫਨਾਕ ਸਫ਼ਰ। ਜਹਾਜ਼ ਪੂਰੀ ਉਚਾਈ 'ਤੇ ਪਹੁੰਚ ਗਿਆ ਸੀ। ਜਹਾਜ਼ ਅਤੇ ਹਵਾ ਦਾ ਸ਼ੋਰ ਖੜਾਕਾ ਇੰਨਾ ਜ਼ਿਆਦਾ ਸੀ ਕਿ ਦੋਵੇਂ ਭਰਾ ਆਪਸ ਵਿੱਚ ਕੋਈ ਗੱਲਬਾਤ ਨਹੀਂ ਸੀ ਕਰ ਸਕਦੇ ਅਤੇ ਨਾ ਹੀ ਇੱਕ ਦੂਜੇ ਦੀ ਗੱਲ ਕੋਈ ਉਹਨਾਂ ਨੂੰ ਸੁਣਦੀ ਸੀ। ਜਿਵੇਂ ਜਿਵੇਂ ਜਹਾਜ਼ ਹੋਰ ਉੱਪਰ ਜਾ ਰਿਹਾ ਸੀ ਤਾਂ ਟੈਂਪਰੇਚਰ ਘੱਟਦਾ ਜਾ ਰਿਹਾ ਸੀ। ਆਖਰ ਉਹ ਸਮਾਂ ਆਇਆ ਜਦੋਂ ਤਾਪਮਾਨ -60 ਡਿਗਰੀ ਤੱਕ ਪਹੁੰਚ ਗਿਆ। ਦੋਵਾਂ ਭਰਾਵਾਂ ਦਾ ਸਰੀਰ ਬਿਲਕੁਲ ਸੁੰਨ ਹੋ ਗਿਆ, ਨਾਲ ਨਾਲ ਉਹ ਦੋਵੇਂ ਨੀਲੇ ਹੋ ਗਏ। ਆਕਸੀਜਨ ਵੀ ਬਹੁਤ ਘੱਟ ਗਈ ਸੀ, ਜਿਸ ਕਰਕੇ ਦੋਵਾਂ ਦੀ ਦਿਲ ਦੀ ਧੜਕਣ ਵੀ ਬਿਲਕੁਲ ਹੌਲੀ ਹੋ ਗਈ। ਦੋਵਾਂ ਭਰਾਵਾਂ ਨੇ ਇਸ ਗੱਲ ਬਾਰੇ ਪਹਿਲਾਂ ਨਹੀਂ ਸੀ ਇਹ ਸੋਚਿਆ ਕਿ ਸਾਡੇ ਨਾਲ ਅਜਿਹਾ ਕੁਝ ਵੀ ਵਾਪਰੇਗਾ। ਜਹਾਜ਼ ਦੇ ਸ਼ੋਰ ਕਾਰਨ ਦੋਵਾਂ ਦਾ ਦਿਮਾਗ ਪਾਗਲ ਹੋ ਰਿਹਾ ਸੀ। ਘਰ ਦੇ ਵਿੱਚ ਫਰਿੱਜ 0 ਡਿਗਰੀ 'ਤੇ ਬਰਫ਼ ਜੰਮਦੀ ਹੈ, ਪਰ ਇੱਥੇ ਤਾਂ -60 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ। ਇੰਨਾ ਭਿਆਨਕ ਤਸ਼ੱਦਦ ਪ੍ਰਦੀਪ ਦਾ ਛੋਟਾ ਭਰਾ ਵਿਜੇ ਸਹਿਣ ਨਾ ਕਰ ਸਕਿਆ ਅਤੇ ਉਸਨੇ ਦਮ ਤੋੜ ਦਿੱਤਾ। ਉਸਦੀ ਉੱਥੇ ਟਾਇਰਾਂ ਦੇ ਵਿੱਚ ਹੀ ਮੌਤ ਹੋ ਗਈ। ਦਿੱਲੀ ਤੋਂ ਲੰਡਨ ਤੱਕ ਜਹਾਜ਼ ਨੇ 10 ਘੰਟਿਆਂ ਵਿੱਚ ਪਹੁੰਚਣਾ ਸੀ। ਅਜੇ ਜਹਾਜ਼ ਦੇ 6 ਘੰਟਿਆਂ ਦਾ ਸਫ਼ਰ ਤੈਅ ਕੀਤਾ ਸੀ ਅਤੇ 4 ਘੰਟੇ ਦਾ ਸਫ਼ਰ ਬਾਕੀ ਸੀ ਜਦੋਂ ਵਿਜੇ ਦੀ ਮੌਤ ਹੋ ਗਈ। ਪਰ ਪ੍ਰਦੀਪ ਹੌਸਲੇ ਨਾਲ ਬੈਠਾ ਰਿਹਾ। ਜਹਾਜ਼ ਲੰਡਨ ਪਹੁੰਚ ਚੁੱਕਾ ਸੀ। ਜਦੋਂ ਜਹਾਜ਼ ਨੇ ਲੈਂਡ ਕਰ ਲਈ ਆਪਣੇ ਟਾਇਰ ਖੋਲ੍ਹੇ ਤਾਂ ਵਿਜੇ ਮਰਿਆ ਹੋਣ ਕਰਕੇ ਥੱਲੇ ਡਿੱਗ ਪਿਆ। ਉਹ 2000 ਫੁੱਟ ਤੋਂ ਹੇਠਾਂ ਡਿੱਗਿਆ ਸੀ। ਜਦੋਂ ਜਹਾਜ਼ ਰੁਕਿਆ ਤਾਂ ਪ੍ਰਦੀਪ ਵੀ ਬੇਹੋਸ਼ ਹੋ ਚੁੱਕਾ ਸੀ, ਉਸਦਾ ਸਾਰਾ ਸਰੀਰ ਠਰ ਗਿਆ ਸੀ। ਤੁਰੰਤ ਉਸਨੂੰ ਐਂਬੂਲੈਂਸ ਵਿੱਚ ਜਹਾਜ਼ ਦੇ ਹਸਪਤਾਲ ਭੇਜਿਆ ਗਿਆ। ਡਾਕਟਰ ਇਹ ਵੇਖ ਕੇ ਹੈਰਾਨ ਹੋ ਗਏ ਕਿ ਪ੍ਰਦੀਪ ਇੰਨਾ ਘੱਟ ਤਾਪਮਾਨ ਕਿਵੇਂ ਸਹਿਣ ਕਰ ਲਿਆ। ਇਲਾਜ ਕਰਾਉਣ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਿਆ। ਜਦੋਂ ਉਸਨੂੰ ਪਤਾ ਲੱਗਾ ਕਿ ਉਸਦਾ ਛੋਟਾ ਭਰਾ ਵਿਜੇ ਮਾਰਿਆ ਗਿਆ ਤਾਂ ਉਸਦਾ ਦਿਲ ਟੁੱਟ ਗਿਆ। ਪ੍ਰਦੀਪ ਉੱਪਰ ਲੰਡਨ ਦੀ ਅਦਾਲਤ ਵਿੱਚ ਕੇਸ ਵੀ ਹੋਇਆ ਜੋ 1996 ਤੋਂ ਲੈ ਕੇ 2014 ਤੱਕ ਚੱਲਿਆ। ਅਖੀਰ ਅਦਾਲਤ ਵਿੱਚ ਪ੍ਰਦੀਪ ਦੇ ਹੌਸਲੇ ਅਤੇ ਜਜ਼ਬੇ ਨੂੰ ਆਖਿਰਕਾਰ ਜੱਜਾਂ ਨੇ ਵੀ ਸਲਾਮ ਕੀਤਾ। ਅੱਜ ਪ੍ਰਦੀਪ ਲੰਡਨ ਦੇ ਵੈਂਬਲੇ ਸ਼ਹਿਰ ਵਿੱਚ ਰਹਿ ਰਿਹਾ ਹੈ ਅਤੇ ਉੱਥੇ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ, ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ। ਪਰ ਪ੍ਰਦੀਪ ਨੂੰ ਅੱਜ ਵੀ ਇਸ ਗੱਲ ਦਾ ਦੁੱਖ ਹੈ ਕਿ ਬਾਹਰ ਆਉਣ ਦੇ ਚੱਕਰ ਵਿੱਚ ਉਸਦਾ ਛੋਟਾ ਭਰਾ ਗਵਾਚ ਗਿਆ।